ਕੋਈ ਸ਼ੰਕਾ ਕਰਨਾ ਨਹੀਂ, ਸਗੋਂ ਸਿੱਖ ਦਾ ਕਰਮ ਹੈ ਗੁਰੂ ਦੇ ਉਪਦੇਸ਼ ਸਤਿਗੁਰੂ ਦੇ ਹਰ ਇੱਕ ਹੁਕਮ ਨੂੰ ਸਿਰ ਮੱਥੇ ਤੇ ਮੰਨਣਾ। ਭਾਈ ਗੁਰਦਾਸ ਜੀ ਦੇ ਬੜੇ ਪਿਆਰੇ ਬਚਨ ਹਨ, ਗੁਰਸਿੱਖੀ ਦਾ ਕਰਮ ਇਹ ਗੁਰ ਫਰਮਾਏ ਗੁਰਸਿੱਖ ਕਰਨਾ। ਗੁਰਸਿੱਖੀ ਦਾ ਕਰਮ ਕੀ ਹੈ ਸਾਧ ਸੰਗਤ? ਗੁਰੂ ਨੇ ਫਰਮਾਇਆ, ਸਿੱਖ ਨੇ ਉਹਨੂੰ ਆਪਣੇ ਜੀਵਨ ਦੇ ਵਿੱਚ ਕਮਾਉਣਾ ਆ। ਗੁਰੂ ਦੇ ਉਪਦੇਸ਼ਾਂ ਦੇ ਉੱਤੇ ਸ਼ੰਕੇ ਨਹੀਂ ਕਰਨੇ, ਉਹਨਾਂ 'ਤੇ ਵਿਵਾਦ ਖੜ੍ਹੇ ਨਹੀਂ ਕਰਨੇ, ਸਗੋਂ ਗੁਰੂ ਦੇ ਹੁਕਮ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ, ਗੁਰੂ ਦੇ ਉਪਦੇਸ਼ਾਂ ਦੀ ਕਮਾਈ ਕਰਨੀ ਹੈ। ਅਸੀਂ ਇਤਿਹਾਸ ਨੂੰ ਪੜ੍ਹ ਕੇ ਵੇਖ ਲਈਏ ਸਾਧ ਸੰਗਤ, ਜਿਹੜੇ ਗੁਰੂ ਕੇ ਸਿੱਖਾਂ ਨੇ ਸਤਿਗੁਰੂ ਦੇ ਉਪਦੇਸ਼ਾਂ ਦੀ ਕਮਾਈ ਕੀਤੀ ਹੈ, ਉਹਨਾਂ 'ਤੇ ਜੀਵਨ ਦੇ ਅੰਦਰ ਫਿਰ ਕਿੰਨੀਆਂ ਬਖਸ਼ਿਸ਼ਾਂ ਹੋਈਆਂ ਨੇ। ਅਤੇ ਖਿਆਲ ਕਰਨਾ ਸਾਧ ਸੰਗਤ ਜੀ, ਸਤਿਗੁਰੂ ਦੇ ਹੁਕਮ ਨੂੰ, ਸਤਿਗੁਰੂ ਦੇ ਉਪਦੇਸ਼ ਨੂੰ ਮੰਨਣ ਤੋਂ ਬਿਨਾਂ ਤਾਂ ਗੁਰੂ ਪਾਤਸ਼ਾਹੀਆਂ ਜੀ ਦੀ ਆਪਣੀ ਔਲਾਦ, ਆਪਣੇ ਪੁੱਤਰ ਵੀ ਜਿਹੜੇ ਨੇ ਨਾ, ਉਹ ਵੀ ਸਤਿਗੁਰਾਂ ਦੀ ਨਿਗਾਹ ਦੇ ਅੰਦਰ, ਸਤਿਗੁਰਾਂ ਦੀ ਨਜ਼ਰ ਦੇ ਅੰਦਰ ਪ੍ਰਵਾਨ ਨਹੀਂ ਹੋਏ। ਪੁੱਤਰ ਵੀ ਤਾਂ ਹੀ ਉਹੀ ਪ੍ਰਵਾਨ ਹੋਏ ਜਿਨ੍ਹਾਂ ਨੇ ਸਤਿਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਕਮਾਇਆ। ਜਿਹਨੇ ਨਹੀਂ ਕਮਾਇਆ ਉਹ ਗੁਰੂ ਦੀ ਨਿਗਾਹ ਦੇ ਵਿੱਚ ਪ੍ਰਵਾਨ ਹੀ ਨਹੀਂ ਚੜ੍ਹੇ। ਅਸੀਂ ਬਾਬੇ ਪ੍ਰਿਥੀ ਚੰਦ ਦਾ ਜੀਵਨ ਵੇਖ ਲਈਏ ਸਾਧ ਸੰਗਤ, ਭਾਵੇਂ ਰਾਮ ਰਾਏ ਦਾ ਜੀਵਨ ਵੇਖ ਲਈਏ, ਧੀਰਮਲ ਦਾ ਜੀਵਨ ਵੇਖ ਲਈਏ, ਇਹ ਸਾਰੇ ਗੁਰੂ ਪਰਿਵਾਰ ਦੇ ਵਿੱਚੋਂ ਹੀ ਇਹ ਕਿਰਦਾਰ ਹੋਏ ਨੇ, ਪਰ ਇਹ ਸਾਧ ਸੰਗਤ ਗੁਰੂ ਪਾਤਸ਼ਾਹ ਜੀ ਦੀ ਨਿਗਾਹ ਦੇ ਵਿੱਚ ਪ੍ਰਵਾਨ ਨਹੀਂ ਚੜ੍ਹੇ। ਕਿਉਂ? ਕਿਉਂਕਿ ਜੀਵਨ ਦੇ ਵਿੱਚ ਸਤਿਗੁਰੂ ਦਾ ਹੁਕਮ ਨਹੀਂ ਕਮਾਇਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਆਪ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਆਪਣੇ ਜੀਵਨ ਦੇ ਵਿੱਚ ਕਮਾਇਆ, ਅਤੇ ਉਹ ਸਾਨੂੰ ਵੀ ਬੜਾ ਪਿਆਰਾ ਉਪਦੇਸ਼ ਦ੍ਰਿੜ ਕਰਵਾਉਂਦੇ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਬੜੇ ਪਿਆਰੇ ਬਚਨ ਹਨ, ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਇਹ ਗੁਰਸਿੱਖ ਮਿੱਤਰੋ, ਗੁਰੂ ਦੇ ਹੁਕਮ ਦੇ ਵਿੱਚ ਚੱਲੋ, ਕਿਉਂਕਿ ਜੋ ਗੁਰ ਕਹੈ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿੰਦਾ ਉਹਦੇ ਵਿੱਚ ਆਪਣਾ ਭਲਾ ਸਮਝੋ, ਸਤਿਗੁਰੂ ਦੇ ਹੁਕਮ ਦੇ ਵਿੱਚ ਆਪਣਾ ਭਲਾ ਜਾਣੋ। ਜੇ ਗੁਰੂ ਨੇ ਕੋਈ ਉਪਦੇਸ਼ ਦਿੱਤਾ ਉਹਦੇ ਵਿੱਚ ਤੁਹਾਡਾ ਭਲਾ ਹੀ ਹੈ, ਅਤੇ ਭਲਾ ਕਰਕੇ ਜਾਣੋ। ਪਰਮਾਤਮਾ ਦੀਆਂ ਅਗੰਮ ਬਾਤਾਂ ਨੇ, ਸਤਿਗੁਰੂ ਦੇ ਉਪਦੇਸ਼ਾਂ ਦਾ ਪੱਲਾ ਫੜ ਕੇ ਉਸ ਮਾਲਕ ਦੇ ਨਾਲ ਫਿਰ ਸਾਂਝ ਬਣ ਜਾਂਦੀ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਪਣਾ ਜੀਵਨ ਜੇਕਰ ਵੇਖੀਏ ਨਾ ਸਾਧ ਸੰਗਤ ਜੀ, ਅਤੇ ਜਦੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦਾ ਵੇਲਾ ਆਇਆ, ਅਤੇ ਸਾਡੇ ਇਤਿਹਾਸ ਦੇ ਅੰਦਰ ਲਿਖਿਆ ਮਿਲਦਾ ਆ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦੋਵੇਂ ਜਵਾਈ, ਵੱਡੇ ਭਾਈ ਰਾਮਾ ਜੀ, ਛੋਟੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਸਤਿਗੁਰੂ ਨੇ ਇਹਨਾਂ ਦੋਹਾਂ ਦੀ ਇੱਕ ਪ੍ਰੀਖਿਆ ਲਈ ਹੈ, ਜਿਹਨੂੰ ਸਾਡੇ ਇਤਿਹਾਸ ਦੇ ਅੰਦਰ ਥੜਿਆਂ ਦੀ ਪ੍ਰੀਖਿਆ ਤੋਂ ਜਾਣਿਆ ਜਾਂਦਾ ਆ। ਸਾਧ ਸੰਗਤ, ਦੋਵੇਂ ਹੀ ਆਪਣੇ ਜਵਾਈਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਥੜੇ ਬਣਾਉਣ ਦਾ ਹੁਕਮ ਦਿੱਤਾ ਆ। ਭਾਈ ਰਾਮਾ ਜੀ ਅਤੇ ਗੁਰੂ ਰਾਮਦਾਸ ਜੀ ਦੋਵਾਂ ਨੇ ਥੜੇ ਬਣਾਏ ਆ। ਹੁਣ ਉਹ ਥੜੇ ਜਿਹੜੇ ਨੇ, ਸਤਿਗੁਰਾਂ ਨੇ ਅਗਲੇ ਦਿਨ ਆ ਕੇ ਵੇਖਿਆ, ਥੜੇ ਢਵਾ ਦਿੱਤੇ, ਆਖਿਆ ਚੰਗੇ ਨਹੀਂ ਬਣੇ, ਫਿਰ ਬਣਾਓ। ਕਈ ਦਿਨ ਇਹ ਸਿਲਸਿਲਾ ਚੱਲਦਾ ਰਿਹਾ ਕਿ ਉਹਨਾਂ ਦੋਵਾਂ ਨੇ ਥੜੇ ਬਣਾਉਣੇ, ਗੁਰੂ ਪਾਤਸ਼ਾਹ ਜੀ ਨੇ ਆ ਕੇ ਥੜਿਆਂ ਨੂੰ ਵੇਖਣਾ ਅਤੇ ਫਿਰ ਆ ਕੇ ਕਹਿ ਦੇਣਾ ਕਿ ਇਹ ਥੜੇ ਸਹੀ ਨਹੀਂ, ਅਤੇ ਉਹਨਾਂ ਨੇ ਢਾ ਕੇ ਅਤੇ ਫਿਰ ਬਣਾਉਣ ਲੱਗ ਪੈਣਾ। ਆਖਿਰ ਇੱਕ ਦਿਨ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਭਾਈ ਰਾਮਾ ਜੀ ਦੇ ਥੜੇ ਨੂੰ ਵੇਖਿਆ ਅਤੇ ਆਖਿਆ ਨਾ ਕਿ ਇਹ ਥੜਾ ਸਹੀ ਨਹੀਂ ਬਣਿਆ, ਇਹਨੂੰ ਢਾ ਦਿਓ, ਅਤੇ ਭਾਈ ਰਾਮਾ ਜੀ ਅੱਗੋਂ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਜੀ, ਥੜਾ ਤਾਂ ਬਹੁਤ ਵਧੀਆ ਜਿਵੇਂ ਤੁਸੀਂ ਕਿਹਾ ਸੀ, ਮੈਂ ਤਾਂ ਉਵੇਂ ਹੀ ਬਣਾਇਆ, ਪਰ ਹੁਣ ਤੁਹਾਡੀ ਉਮਰ ਹੋ ਗਈ ਹੈ, ਹੋ ਸਕਦਾ ਤੁਹਾਨੂੰ ਯਾਦ ਨਾ ਰਿਹਾ ਹੋਵੇ ਤੁਸੀਂ ਮੈਨੂੰ ਕੀ ਆਖਿਆ ਸੀ ਕਿ ਕਿਵੇਂ ਦਾ ਥੜਾ ਬਣਾਵਾਂ।
ਤੁਹਾਨੂੰ ਯਾਦ ਭੁੱਲ ਗਈ ਹੋਵੇਗੀ। ਤੇ ਦੂਜੇ ਪਾਸੇ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਕਿਹਾ ਕਿ ਥੜਾ ਤੁਹਾਡਾ ਚੰਗਾ ਨਹੀਂ ਬਣਿਆ, ਇਹਨੂੰ ਢਾ ਦਿਓ, ਸੱਤ ਬਚਨ ਕਹਿ ਕੇ ਉਸ ਥੜੀ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਸਾਧ ਸੰਗਤ। ਇਹ ਪ੍ਰੀਖਿਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਲਈ। ਇੱਕ ਬੇਨਤੀ ਮੈਂ ਵੈਸੇ ਹੋਰ ਕਰਦਿਆਂ, ਇਹ ਪ੍ਰੀਖਿਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਨਹੀਂ ਹੈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਇਹ ਪ੍ਰੀਖਿਆ ਨਹੀਂ ਹੈ ਕਿ ਉਹਨਾਂ ਨੇ ਵੇਖਣਾ ਆ ਕਿ ਮੇਰੇ ਦੋਵਾਂ ਜਵਾਈਆਂ ਦੇ ਵਿੱਚੋਂ ਕਿਹੜਾ ਮੇਰਾ ਹੁਕਮ ਮੰਨਦਾ। ਸਤਿਗੁਰੂ ਤੇ ਸਾਡੇ ਅੰਦਰ ਦੀਆਂ ਜਾਣਦੇ ਨੇ ਸਾਧ ਸੰਗਤ। ਅਸੀਂ ਕੋਈ ਕਰਮ ਕਰਨਾ ਬਾਅਦ ਵਿੱਚ ਹੁੰਦਾ, ਆਪਣੀ ਜ਼ੁਬਾਨ ਤੋਂ ਕੋਈ ਅਲਫਾਜ਼ ਕੋਈ ਸ਼ਬਦ ਬਾਅਦ ਵਿੱਚ ਬੋਲਦੇ ਹਾਂ, ਗੁਰੂ ਤੇ ਸਾਡੀਆਂ ਪਹਿਲਾਂ ਹੀ ਜਾਣਦੇ ਨੇ। ਗੁਰੂ ਤੇ ਹਰ ਇੱਕ ਦੇ ਹਿਰਦੇ ਦੀ ਵੇਦਨਾ ਨੂੰ ਜਾਣਦੇ ਨੇ। ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਪਤਾ ਨਹੀਂ ਕਿ ਭਾਈ ਰਾਮਾ ਜੀ ਜਾਂ ਗੁਰੂ ਰਾਮਦਾਸ ਜੀ ਦੇ ਵਿੱਚੋਂ ਇਸ ਪ੍ਰੀਖਿਆ 'ਚੋਂ ਕਿਹੜਾ ਪਾਸ ਹੋਵੇਗਾ। ਉਹਨਾਂ ਨੂੰ ਪਹਿਲਾਂ ਹੀ ਪਤਾ ਆ, ਉਹਨਾਂ ਨੂੰ ਪਹਿਲਾਂ ਹੀ ਪਤਾ ਆ ਕਿ ਸਾਡੇ ਤੋਂ ਬਾਅਦ ਵਿੱਚ ਗੁਰਤਾ ਗਤੀ ਦੀ ਸੇਵਾ ਨੂੰ ਅੱਗੇ ਕਿੰਨੇ ਨਿਭਾਉਣਾ ਆ। ਪਰ ਇਹ ਥੜਿਆਂ ਦੀ ਪ੍ਰੀਖਿਆ ਉਹਨਾਂ ਨੇ ਲਈ, ਇਹ ਉਹਨਾਂ ਦੇ ਆਪਣੇ ਵਾਸਤੇ ਨਹੀਂ ਕਿ ਮੈਂ ਵੇਖ ਲਵਾਂ ਅੱਗੇ ਗੁਰਤਾ ਗੱਦੀ ਕਿਹਨੂੰ ਦੇਣੀ ਹੈ। ਇਹ ਥੜਿਆਂ ਦੀ ਪ੍ਰੀਖਿਆ ਲਈ ਸਤਿਗੁਰਾਂ ਨੇ ਸੇਵਾ ਦੇ ਮਹੱਤਵ ਨੂੰ ਦ੍ਰਿੜ ਕਰਵਾਉਣ ਵਾਸਤੇ ਕਿ ਸੇਵਾ ਦੀ ਕਿੰਨੀ ਮਹਾਨਤਾ, ਸਤਿਗੁਰੂ ਦੇ ਹੁਕਮ ਨੂੰ ਮੰਨਣ ਦੀ ਕਿੰਨੀ ਮਹਾਨਤਾ, ਜਿਹੜੇ ਸਤਿਗੁਰੂ ਦੇ ਹੁਕਮ ਦੇ ਵਿੱਚ ਆਪਣਾ ਸੀਸ ਨਵਾਉਂਦੇ ਨੇ, ਫਿਰ ਸਤਿਗੁਰੂ ਵੀ ਉਹਨਾਂ 'ਤੇ ਕਿੱਦਾਂ ਬਖਸ਼ਿਸ਼ਾਂ ਵਰਤਾਉਂਦੇ ਨੇ, ਸਤਿਗੁਰੂ ਉਹਨਾਂ 'ਤੇ ਕਿੱਦਾਂ ਮਿਹਰਾਂ ਕਰਦੇ ਹਨ। ਜਿਹਨੇ ਹੁਕਮ ਮੰਨਿਆ, ਜਿਹਨੇ ਗੁਰੂ ਦੇ ਹੁਕਮ ਦੇ ਵਿੱਚ ਸੀਸ ਨਵਾਇਆ, ਉਹਦੀਆਂ ਝੋਲੀਆਂ ਭਰ ਗਈਆਂ। ਜਿਹਨੇ ਹੁਕਮ ਨਾ ਮੰਨਿਆ, ਸੀਸ ਨਵਾਇਆ, ਉਹ ਖਾਲੀ ਰਹਿ ਗਿਆ, ਉਹਦੀਆਂ ਝੋਲੀਆਂ ਖਾਲੀ ਰਹਿ ਗਈਆਂ। ਉਹ ਫਿਰ ਚਾਹੇ ਗੁਰੂ ਦਾ ਪੁੱਤਰ ਬਾਬਾ ਪ੍ਰਿਥੀ ਚੰਦ ਹੀ ਕਿਉਂ ਨਾ ਹੋਵੇ, ਜਦੋਂ ਗੁਰੂ ਰਾਮਦਾਸ ਜੀ ਨੇ ਹੁਕਮ ਕੀਤਾ ਸੀ ਲਾਹੌਰ ਵਿਆਹ 'ਤੇ ਜਾਣ ਵਾਸਤੇ, ਲਾਹੌਰ ਵਿਆਹ 'ਤੇ ਜਾਣ ਵਾਸਤੇ ਆਖਿਆ ਸੀ ਨਾ, ਸਤਿਗੁਰਾਂ ਦੇ ਤਾਏ ਦਾ ਪੁੱਤਰ ਭਾਈ ਸਹਾਰੀ ਮੱਲ, ਅੱਗੋਂ ਉਹਨਾਂ ਦੇ ਪੁੱਤਰ ਦਾ ਵਿਆਹ ਸੀ, ਅਤੇ ਵਿਆਹ 'ਤੇ ਜਾਣ ਵਾਸਤੇ ਜਦੋਂ ਬਾਬੇ ਪ੍ਰਿਥੀ ਚੰਦ ਨੂੰ ਆਖਿਆ, ਉਹਨੇ ਮਨ੍ਹਾ ਕਰ ਦਿੱਤਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹੱਥ ਜੋੜ ਕੇ ਆਖਿਆ, ਪਿਤਾ ਜੀ, ਇਹ ਤਾਂ ਖੁਸ਼ੀਆਂ ਦੇ ਕਾਰਜ ਵਿੱਚ ਤੁਸੀਂ ਘੱਲਣ ਲੱਗੇ ਹੋ, ਤੁਹਾਡੇ ਹੁਕਮ ਦੇ ਨਾਲ ਕਿਤੇ ਵਿਖੜੇ ਪੈਂਡਿਆਂ ਦੇ ਉੱਤੇ ਵੀ ਤੁਰਨਾ ਪੈ ਜਾਵੇ, ਮੈਨੂੰ ਤਾਂ ਉਹ ਵੀ ਪ੍ਰਵਾਨ ਹੈ। ਸੱਤ ਬਚਨ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਲੇ ਗਏ। ਹੁਣ ਵੇਖਣ ਨੂੰ ਇਹ ਬੜੀ ਨਿੱਕੀ ਜਿਹੀ ਗੱਲ ਹੈ ਕਿ ਇੱਕ ਵਿਆਹ ਦੇ ਵਿੱਚ ਜਾਣਾ ਅਤੇ ਇੱਕ ਨੇ ਮਨ੍ਹਾ ਕਰਤਾ ਅਤੇ ਇੱਕ ਨੇ ਆਗਿਆ ਮੰਨ ਲਈ, ਪਰ ਇਹ ਅਸਲ ਦੇ ਵਿੱਚ ਅੰਦਰ ਦੀ ਭਾਵਨਾ ਦਿਖਾਉਂਦੀ ਹੈ ਕਿ ਸਤਿਗੁਰੂ ਦੇ ਉਪਦੇਸ਼ਾਂ ਨੂੰ, ਗੁਰੂ ਦੇ ਹੁਕਮ ਨੂੰ ਆਪਣੇ ਜੀਵਨ ਦੇ ਅੰਦਰ ਕਮਾਉਂਦਾ ਕੌਣ ਹੈ। ਜਿਨ੍ਹਾਂ ਨੇ ਕਮਾ ਲਿਆ ਉਹਨਾਂ 'ਤੇ ਬਖਸ਼ਿਸ਼ਾਂ ਹੋ ਗਈਆਂ, ਜਿਹਨੇ ਨਹੀਂ ਕਮਾਈ ਕੀਤੀ ਗੁਰੂ ਦੇ ਹੁਕਮ ਦੀ, ਉਹ ਭਾਵੇਂ ਸਤਿਗੁਰਾਂ ਦਾ ਆਪਣਾ ਹੀ ਪੁੱਤਰ ਕਿਉਂ ਨਹੀਂ ਸੀ, ਪਰ ਉਹ ਗੁਰੂ ਦੀਆਂ ਬਖਸ਼ਿਸ਼ਾਂ ਦਾ ਪਾਤਰ ਨਹੀਂ ਬਣ ਸਕਿਆ।